ਇਹ ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ ਪਰ ਸਮੁੰਦਰ ਦੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦਾ ਤਾਂ ਨੀਵੀਂ ਪਾ ਕੇ ਵੀ ਸਰ ਜਾਂਦੀ ਐਵੇਂ ਹੀ ਤਾੜੀ ਮਾਰ ਕੇ ਨਾ ਗੱਲ ਗਵਾ ਦੇਣੀ ਤੁਸੀਂ ਐਵੇਂ ਹੀ ਤਾੜੀ ਮਾਰ ਕੇ ਨਾ ਗੱਲ ਗਵਾ ਦੇਣੀ ਜਦੋਂ ਮੈਂ ਆਪਣੇ ਮੱਥੇ 'ਚ ਖੁੱਬੇ ਕਿਲ ਗਿਣਾਵਾਂਗਾ ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਏ ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਏ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਏ ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਏ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਏ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਏ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾਂ ਦਾ ਨੀਵੀਂ ਪਾ ਕੇ ਸਰ ਜਾਂਦਾ ਏ ਸਤਿ ਸ੍ਰੀ ਅਕਾਲ ਮੈਂ ਵਰਿੰਦਰ ਆਲਖ ਵੀਡੀਓ ਨੂੰ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ ਤੇ ਜਿਹੜਾ ਮੈਂ ਸ਼ੇਅਰ ਬੋਲਿਆ ਹੈ ਜਿਹੜੀਆਂ ਕੋਈ 17 ਬੋਲੀਆਂ ਨੇ ਇਹ 17 ਤੁਸੀਂ ਪਹਿਲਾਂ ਵੀ ਸੁਣ ਚੁੱਕੇ ਹੋਵੋਗੇ ਜਾਂ ਤੱਕ ਭਗਵੰਤ ਮਾਨ ਦੇ ਮੂੰਹੋਂ জাফর ਅੰਕਲ ਗੁਰਪੱਜਨਗਰ ਲਾਹੌਰਾਂ ਦੇ ਮੂੰਹੋਂ ਕਿਉਂਕਿ ਇਹਨੂੰ ਲੇਖਣ ਵਾਲੇ ਅੰਕਲ ਗੁਰਪੱਜਨਗਰ ਨੇ ਅੱਜ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ ਉਹਨਾਂ ਦੀਆਂ ਰਚਨਾਵਾਂ ਦੇ ਬਾਰੇ ਗੱਲਬਾਤ ਕਰਾਂਗੇ ਲੋਰੀ ਬੜੀ ਮਸ਼ਹੂਰ ਹੋਈ ਸੀ ਨੀਮਾ ਲੋਰੀ ਦੇ 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 ਤੂੰ ਬਾਪੂ ਕੋਲੋਂ ਚੋਰੀ ਉਹ ਅੰਕਲ ਗੁਰਭਜਨ ਗਿੱਲ ਹੋਰਾਂ ਦੀ ਲਿਖੀ ਸੀ ਅੰਕਲ ਗੁਰਭਜਨ ਗਿੱਲ ਵੈਸੇ ਕਿਸੇ ਜਹਾਨ ਪਹਿਚਾਨ ਦੇ ਮੌਤਾਜ ਨਹੀਂ ਹੈਗੇ 2 ਦਰਜਨਾਂ ਤੋਂ ਜ਼ਿਆਦਾ ਉਹਨਾਂ ਦੀਆਂ ਕਿਤਾਬਾਂ ਆ ਚੁੱਕੀਆਂ ਨੇ ਕਈ ਵੱਡੇ ਸਿੰਗਰਾਂ ਦੁਆਰਾ ਕਈ ਗੀਤ ਆ ਚੁੱਕੇ ਨੇ ਉਹਨਾਂ ਦੇ ਇਸ ਤੋਂ ਬਿਨਾ ਪ੍ਰੋਫੈਸਰ ਮੋਹਨ ਸਿੰਘ ਮੇਲਾ ਉਹ ਕਰਵਾਉਂਦੇ ਰਹੇ ਆ ਤੇ ਹੋਰ ਬੜਾ ਕੁਝ بڑے ਪੁਰਸਕਾਰ بڑے ਮਾਨ ਸਨਮਾਨ ਕਿਉਂਕਿ ਸਾਨੂੰ ਇਹਨੇ ਯਾਦ ਵੀ ਨਹੀਂ ਹੋਣੇ ਜਿੰਨੇ ਉਹਨਾਂ ਨੂੰ ਪੁਰਸਕਾਰ ਮਾਨ ਸਨਮਾਨ ਮਿਲੇ ਨੇ ਤੇ ਬਹੁਤ ਸਾਰੇ ਗੀਤ ਉਹਨਾਂ ਦੇ ਰਿਕਾਰਡ ਹੋ ਚੁੱਕੇ ਨੇ ਸੋ ਅੱਜ ਅੰਕਲ ਗੁਰਪੱਜਨ ਗਿੱਲ ਹੋਰਾਂ ਦੇ ਬਾਰੇ ਗੱਲਬਾਤ ਕਰਾਂਗੇ ਅੰਕਲ ਗੁਰਪੱਜਨ ਗਿੱਲ ਦਾ ਜਨਮ 2 ਮਈ 1953 ਨੂੰ ਬਸੰਤਕੋਟ ਦੇ ਵਿੱਚ ਹੋਇਆ ਸੀ ਜ਼ਿਲ੍ਹਾ ਗੁਰਦਾਸਪੁਰ ਤੇ ਡੇਰਾ ਬਾਬਾ ਨਾਨਕ ਤਹਿਸੀਲ ਦਾ ਇਹ ਪਿੰਡ ਇੱਥੇ ਇਹਨਾਂ ਦਾ ਜਨਮ ਪਿਤਾ ਹਰਨਾਮ ਸਿੰਘ ਗਿੱਲ ਤੇ ਮਾਤਾ ਤੇਜਕੌਰ ਦੇ ਘਰ ਇਹਨਾਂ ਦਾ ਜਨਮ ਹੋਇਆ ਤੇ ਇਸ ਵਕਤ ਤੇ ਲੁਧਿਆਣਾ ਦੇ ਵਿੱਚ ਰਹਿ ਰਹੇ ਆ ਲਿਖਦੇ ਆ ਕਿ ਗਵਾਚੇ ਯਾਰ ਸਾਰੇ ਸ਼ਹਿਰ ਅੰਦਰ ਕਿਸ ਨੂੰ ਬੁਲਾਵਾਂਗਾ ਗੁਆਚੇ ਯਾਰ ਸਾਰੇ ਸ਼ਹਿਰ ਅੰਦਰ ਕਿਸ ਨੂੰ ਬੁਲਾਵਾਂਗਾ ਮੈਂ ਕਿਸੇ ਕੋਲ ਜਾ ਕੇ ਆਪਣੀ ਵਿਥਿਆ ਸੁਣਾਵਾਂਗਾ ਮੈਂ ਸਾਰੀ ਰਾਤ ਅਥਰੇ ਸੁਪਨਿਆਂ ਨੂੰ ਟਾਲਦਾ ਰਹਿਣਾ ਮੈਂ ਸਾਰੀ ਰਾਤ ਅਥਰੇ ਸੁਪਨਿਆਂ ਨੂੰ ਟਾਲਦਾ ਰਹਿਣਾ ਪਤਾ ਨਹੀਂ ਸਾਹਮ ਕੇ ਇਹਨਾਂ ਨੂੰ ਮੈਂ ਕਾਂ ਬਖਰ ਜਾਵਾਂਗਾ ਪਤਾ ਨਹੀਂ ਸਾਹਮ ਕੇ ਇਹਨਾਂ ਨੂੰ ਮੈਂ ਤਾਂ ਬਖਰ ਜਾਵਾਂਗਾ ਅੱਗੇ ਲਿਖਦੇ ਆ ਜੇ ਰਾਤਾਂ ਕਾਲੀਆਂ ਏਦਾਂ ਹੀ ਰਹੀਆਂ ਹੋਰ ਕੁਜਰਾਤਾਂ ਮੈਂ ਕੀ ਕਨ ਚਾਨਣੀ ਵਿੱਚ ਫਲਣ ਵਾਲਾ ਬਿਰਖ ਲਾਵਾਂਗਾ ਮੈਂ ਕੀ ਕਨ ਚਾਨਣੀ ਵਿੱਚ ਫਲਣ ਵਾਲਾ ਬਿਰਖ ਲਾਵਾਂਗਾ ਮੈਂ ਬਚਪਨ ਵਿੱਚ ਕਦੀ ਜਦ ਬੰਟਿਆਂ ਤੇ ਚੋਟ ਲਾਉਂਦਾ ਸਾਂ ਮੈਂ ਬਚਪਨ ਵਿੱਚ ਕਦੀ ਜਦ ਬੰਟਿਆਂ ਤੇ ਚੋਟ ਲਾਉਂਦਾ ਸਾਂ ਨਹੀਂ ਸਾਂ ਜਾਣਦਾ ਏਦਾਂ ਹੀ ਮੈਂ ਵੀ ਟੜਕ ਜਾਵਾਂਗਾ ਤੁਸੀਂ ਐਵੇਂ ਹੀ ਤਾੜੀ ਮਾਰ ਕੇ ਨਾ ਗੱਲ ਗਵਾ ਦੇਣੀ ਤੁਸੀਂ ਐਵੇਂ ਹੀ ਤਾੜੀ ਮਾਰ ਕੇ ਨਾ ਗੱਲ ਗਵਾ ਦੇਣੀ ਜਦੋਂ ਮੈਂ ਆਪਣੇ ਮੱਥੇ 'ਚ ਖੁੱਬੇ ਕਿਲ ਗਿਣਾਵਾਗਾ ਜਦੋਂ ਮੈਂ ਆਪਣੇ ਮੱਥੇ 'ਚ ਖੁੱਬੇ ਕਿਲ ਗਿਣਾਵਾਗਾ ਗਵਾਚੇ ਚਿਹਰਿਓ ਆਉ ਤਹਾਨੂੰ ਘਰ ਨੂੰ ਲੈ ਚਲਾਂ ਗਵਾਚੇ ਚਿਹਰਿਓ ਆਉ ਤੁਹਾਨੂੰ ਘਰ ਲੈ ਚਲਾਂ ਨਹੀਂ ਤੇ ਆਪ ਵੀ ਮੈਂ ਰੌਲਿਆਂ ਵਿੱਚ ਗਰਕ ਜਾਵਾਂਗਾ ਉਹਨਾਂ ਦੀ ਕਿਤਾਬ ਹੈ ਮੇਰੇ ਕੋਲ ਮੋਰ ਪੰਖ ਇਸ ਕਿਤਾਬ ਦੀ ਜਿਹੜੀ ਸਭ ਤੋਂ ਪਹਿਲੀ ਰਚਨਾ ਹੈ ਸਭ ਤੋਂ ਪਹਿਲੀ ਰਚਨਾ ਉਹੀ ਜਿਹੜਾ ਮੈਂ ਪਹਿਲਾਂ ਸ਼ੇਅਰ ਸੁਣਾ ਕੇ ਹਟਿਆ ਇੱਕ ਤੇ ਉਹਦੇ ਸਾਰੇ ਸ਼ੇਅਰ ਤੁਹਾਨੂੰ ਸੁਣਾਉਣਾ ਹੈ ਵੈਸੇ ਮੈਨੂੰ ਉਹਨਾਂ ਦੀ ਇਹ ਗਾਜ਼ਲ ਆ ਜਿਹੜੀ ਇਹ ਯਾਦ ਵੀ ਆ ਪਰ ਇਹਦੇ ਕੁਝ ਕੁ ਸ਼ੇਅਰ ਮੈਨੂੰ ਇਹ ਆ ਕਿ ਕੋਈ ਰਹਿ ਨਾ ਜਾਵੇ ਸਾਰੀ ਗਾਜ਼ਲ ਅੱਜ ਤੁਹਾਨੂੰ ਸੁਣਾਉਣੀ ਹੈ ਮੈਨੂੰ ਇਹ ਆ ਕਿ ਕੁਝ ਰਹਿ ਨਾ ਜਾਵੇ ਤਾਂ ਕਰਕੇ ਮੈਂ ਕਿਤਾਬ ਲੈ ਲਈ ਹੈ ਕਿ ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਹੈ ਆਪਣੀ ਜਾਚੇ ਉਹ ਤਾਂ ਵੱਡੇ ਕਰ ਜਾਂਦਾ ਏ ਪਰ ਵਿੱਚ ਸਮੁੰਦਰ ਜਾ ਕੇ ਦਰਿਆ ਮਰ ਜਾਂਦਾ ਏ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਆ ਬੇਸ਼ਰਮਾ ਦਾ ਨੀਵੀਂ ਪਾ ਕੇ ਸਰ ਜਾਂਦਾ ਏ ਇਹ ਜੋ ਆਤਿਸ਼ ਬਾਜੀ ਸਾਨੂੰ ਵੇਚ ਰਿਹਾ ਏ ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਏ ਇਹ ਜੋ ਆਤਿਸ਼ ਬਾਜੀ ਸਾਨੂੰ ਵੇਚ ਰਿਹਾ ਏ ਆਪਣੀ ਚੀਚੀ ਝੁਲਸ ਜਾਣ ਤੇ ਡਰ ਜਾਂਦਾ ਏ ਕਿ ਆਤ ਨੂੰ ਅੰਤ ਬਣਾਵੇ ਆਖਰ ਕਹਿਰ ਖੁਦਾਈ ਅਤ ਨੂੰ ਅੰਤ ਬਣਾਵੇ ਆਖਰ ਕਹਿਰ ਖਦਾਈ ਜਬਰ ਜਰਦਿਆਂ ਸਬਰ ਪਿਆਲਾ ਭਰ ਜਾਂਦਾ ਏ ਮਾਂ ਬੋਲੀ ਮਾਂ ਜੰਨੀ ਤੇ ਮਾਂ ਧਰਤੀ ਕੋਲੋਂ ਮਾਂ ਬੋਲੀ ਮਾਂ ਜੰਨੀ ਤੇ ਮਾਂ ਧਰਤੀ ਕੋਲੋਂ ਟੁੱਟ ਕੇ ਬੰਦਾ ਮਰਦਾ ਮਰਦਾ ਮਰ ਜਾਂਦਾ ਏ ਕਿ ਬਹੁਤੀ ਵਾਰੀ ਜਾਗਦੇ ਆ ਹਿੰਮਤ ਨਹੀਂ ਪੈਂਦੀ ਬਹੁਤੀ ਵਾਰੀ ਜਾਗਦੇ ਆ ਹਿੰਮਤ ਨਹੀਂ ਪੈਂਦੀ ਜੋ ਕੁਝ ਬੰਦਾ ਸੁਪਨੇ ਦੇ ਵਿੱਚ ਕਰ ਜਾਂਦਾ ਏ ਬਹੁਤੀ ਵਾਰੀ ਜਾਗਦਿਆਂ ਹਿੰਮਤ ਨਹੀਂ ਪੈਂਦੀ ਜੋ ਕੁਝ ਬੰਦਾ ਸੁਪਨੇ ਦੇ ਵਿੱਚ ਕਰ ਜਾਂਦਾ ਏ ਕਿ ਸੋਚ ਵਿਚਾਰਾਂ ਕਰਦਾ ਡੁੱਬਿਆ ਵੇਖ ਲਓ ਮੈਂ ਕਿ ਸੋਚ ਵਿਚਾਰਾਂ ਕਰਦਾ ਡੁੱਬਿਆ ਵੇਖ ਲਓ ਮੈਂ ਸਖਨਾ ਭਾਂਡਾ ਪਾਣੀ ਉੱਤੇ ਤਰ ਜਾਂਦਾ ਏ ਸੋਚ ਵਿਚਾਰਾਂ ਕਰਦਾ ਡੁੱਬਿਆ ਵੇਖ ਲਓ ਮੈਂ ਸੋਚ ਵਿਚਾਰਾਂ ਕਰਦਾ ਡੱਬਿਆ ਵੇਖ ਲਓ ਮੈਂ ਸਖਣਾ ਭਾਂਡਾ ਪਾਣੀ ਉੱਤੇ ਤਰ ਜਾਂਦਾ ਏ ਕਿ ਉੱਚੀ ਉੱਚੀ ਬੋਲ ਰਿਆ ਏ ਨਾ ਭੁੱਲੀ ਦਿਲ ਮਾਸੂਮ ਭਰਿੰਦਾ ਇਦਾਂ ਡਰ ਜਾਂਦਾ ਏ ਮਿਲ ਕੇ ਵੀ ਨਾ ਮਿਲਣਾ ਹੈ ਕੁਝ ਇਸ ਤਰ੍ਹਾਂ ਹੀ ਜਿਉਂ ਤਿਤਲੀ ਅੰਗਿਆਰ ਤੇ ਕੋਈ ਤਰ ਜਾਂਦਾ ਏ ਰੱਬਾ ਰੱਬਾ ਕੋਕਦੇ ਆ ਪਿੰਡ ਮਰ ਚੱਲੇ ਨੇ ਕਾਲਾ ਬੱਦਲ ਸ਼ਹਿਰਾਂ ਉੱਤੇ ਵਰ ਜਾਂਦਾ ਏ ਰੱਬਾ ਰੱਬਾ ਕੂਕਦੇ ਆ ਪੰਡ ਮਰ ਚੱਲੇ ਨੇ ਕਾਲਾ ਬੱਦਲ ਸ਼ਹਿਰਾਂ ਉੱਤੇ ਵਰ ਜਾਂਦਾ ਏ ਆਮ ਕਹਾਵਤ ਪਹਿਲਾਂ ਵਾਲੀ ਬਦਲ ਗਈ ਏ ਅਕਲ ਮਿਲੇ ਲੱਕੜੀ ਬਣ ਲੋਹਾ ਤਰ ਜਾਂਦਾ ਏ ਅਕਲ ਬਿਨੇ ਮਿਲੇ ਲੱਕੜੀ ਬਣ ਲੋਹਾ ਤਰ ਜਾਂਦਾ ਏ ਇੱਕ ਦਿਲ ਨੂੰ ਦਿਲ ਨੂੰ ਦੌਲਤ ਇੰਨੀ ਵੀ ਨਾ ਬਖਸ਼ ਦਿਆ ਕਰ ਦਿਲ ਨੂੰ ਦੌਲਤ ਇੰਨੀ ਵੀ ਨਾ ਬਖਸ਼ ਦਿਆ ਕਰ ਛੋਟਾ ਬਰਤਨ ਕੰਡਿਆਂ ਤੇ ਇਕਰ ਭਰ ਜਾਂਦਾ ਏ ਕਿ ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ ਤੀਰ ਅਤੇ ਤਲਵਾਰ ਜਿਸਮ ਨੂੰ ਕੁਝ ਨਹੀਂ ਕਹਿੰਦੇ ਆਪਣੀ ਨਜ਼ਰੋਂ ਗਿਰ ਕੇ ਬੰਦਾ ਮਰ ਜਾਂਦਾ ਏ ਡੋਲ ਰਿਹਾ ਮਨ ਟਿਕ ਜਾਂਦਾ ਡੋਲ ਰਿਹਾ ਮਨ ਟਿਕ ਜਾਂਦਾ ਮੈਂ ਕੀ ਕਹਣ ਦੱਸਾਂ ਤੇਰਾ ਇੱਕ ਤਰਵਾਸਾ ਕੀ ਕੁਝ ਕਰ ਜਾਂਦਾ ਏ ਤੇਰਾ ਇੱਕ ਤਰਵਾਸਾ ਕੀ ਕੁਝ ਕਰ ਜਾਂਦਾ ਏ ਅੱਗੇ ਵੀ ਜਿਹੜੀ ਉਹ ਵੀ ਮੈਨੂੰ ਸੋਹਣੀ ਲੱਗਦੀ ਏ ਅਗਲੀ ਜਿਹੜੀ ਗਜ਼ਲ ਆ ਕਿ ਜੇ ਤੁਰਿਆਂ ਆਪਣੇ ਤੋਂ ਪਾਰ ਜਾਵੀਂ ਜੇ ਤੁਰਿਆਂ ਆਪਣੇ ਤੋਂ ਪਾਰ ਜਾਵੀ ਸਦੀਵੀ ਜਿੱਤ ਖਾਤਰ ਹਾਰ ਜਾਵੀ ਜੁਰਾਬਾਂ ਵਾਂਗ ਲਾਹ ਲਈ ਰੁੱਤ ਬਿਆਂ ਨੂੰ ਜਦੋਂ ਵੀ ਰੂਹ ਦੇ ਦਰਬਾਰ ਜਾਵੀ ਜੇ ਤਰਨਾ ਜਾਣਦਾ ਨਹੀਂ ਫੇਰ ਸੁਣ ਲੈ ਨਦੀ ਦੇ ਨਾਂ ਕਦੇ ਵਿਚਕਾਰ ਜਾਵੀ ਵਰੀ ਕਣਕੋੜ ਬੱਦਲ ਬਣ ਕੇ ਇਨਾ ਜੇ ਤਰਨਾ ਜਾਣਦਾ ਨਹੀਂ ਫੇਰ ਸੁਣ ਲੈ ਨਦੀ ਦੇ ਨਾਂ ਕਦੇ ਵਿਚਕਾਰ ਜਾਵੀ ਵਰੀ ਕਣਕੋੜ ਬੱਦਲ ਬਣ ਕੇ ਇਨਾ ਤੂੰ ਬਲ ਦੇ ਹਿਰਦੇਆਂ ਨੂੰ ਠਾਰ ਜਾਵੀ ਕਦੇ ਵੀ ਜਿਸਮ ਨੂੰ ਮਿਲ ਕੇ ਨਾ ਪਰਤਿਂ ਕਦੇ ਵੀ ਜਿਸਮ ਨੂੰ ਮਿਲ ਕੇ ਨਾ ਪਰਤੇ ਜਦੋਂ ਜਾਵੇਂ ਤਰੂ ਦੇ ਪਾਰ ਜਾਵੀ ਸਮਾਜੇ ਜਾਗ ਦੇ ਮਿਲਦਾ ਨਹੀਂ ਤਾਂ ਕਦੇ ਸੁਪਨੇ 'ਚ ਗੇੜਾ ਮਾਰ ਜਾਵੀ ਸਮਾਜੇ ਜਾਗ ਦੇ ਮਿਲਦਾ ਨਹੀਂ ਤਾਂ ਕਦੇ ਸੁਪਨੇ 'ਚ ਗੇੜਾ ਮਾਰ ਜਾਵੀ ਤੋ ਰਸ ਕੇ ਜਾਣ ਦੀ ਸੋਚੀ ਕਦੇ ਨਾ ਕੁਛੀ ਦੇ ਨਾਲ ਲੱਖਾਂ ਵਾਰ ਜਾਵੀ ਤੁਰਸ ਕੇ ਜਾਣ ਦੀ ਸੋਚੀ ਕਦੇ ਨਾ ਖੁਸ਼ੀ ਦੇ ਨਾਲ ਲੱਖਾਂ ਵਾਰ ਜਾਵੀ ਜੇ ਅਨਹਦ ਨਾਦ ਚਾਹੇ ਰੂਹ ਚ ਗੂੰਜੇ ਸਦੀਵੀ ਚੁੱਪ ਨੂੰ ਟਣਕਾਰ ਜਾਵੀ ਸਦੀਵੀ ਚੁੱਪ ਨੂੰ ਟਣਕਾਰ ਜਾਵੀ ਇਹ ਪਹਿਲੀਆਂ ਦੋ ਗਜ਼ਲਾਂ ਮੋਰ ਪੰਖ ਦੀਆਂ ਬਾਕੀ ਤੁਸੀਂ ਕਿਤਾਬ ਖਰੀਦ ਕੇ ਪੜ ਸਕਦੇ ਹੋ ਉਹਨਾਂ ਦੀਆਂ ਹੋਰ ਵੀ ਕਿਤਾਬਾਂ ਮੇਰੇ ਕੋਲ ਪਈਆਂ ਨੇ ਵੈਸੇ ਤੁਸੀਂ ਲੋਰੀ ਸੁਣਿਆ ਹੀ ਹੋਇਆ ਮੇਰਾ ਇਰਾਦਾ ਸੀਗਾ ਸੁਣਾਉਂਗਾ ਪਰ ਮੈਂ ਇਹਦੇ ਵਿੱਚ ਦੋ ਰਚਨਾਵਾਂ ਸੁਣਾਤੀਆਂ ਨੇ ਤਾਂ ਮੈਨੂੰ ਐ ਕਿ ਵੀਡੀਓ ਲੰਬੀ ਨਾ ਹੋ ਜੇ ਕਿਉਂਕਿ ਆਪਾਂ ਫੇਰ ਕਦੇ ਤੁਹਾਡੇ ਨਾਲ ਸਮਾਂ ਕੱਢ ਕੇ ਲੱਗ ਤੋਂ ਸੁਣਾ ਦਾਂਗੇ ਨਹੀਂ ਤੁਸੀਂ ਸਰਚ ਕਰਕੇ ਹਰ ਜਗ੍ਹਾ ਤੇ YouTube ਤੇ ਪਿਆ ਤੁਸੀਂ ਲੋਰੀ ਸੁਣ ਸਕਦੇ ਹੋ ਸਰਤਾਲ ਕਿਤਾਬ ਮੈਨੂੰ ਅੰਕਲ ਗੁਰਪ੍ਰਜਨ ਗਿੱਲ ਨੇ ਇਹ ਕਿਤਾਬਾਂ ਆਪ ਦਿੱਤੀਆਂ ਸੀ ਇਸ ਤੋਂ ਪਹਿਲਾਂ ਗੁਲਨਾਰ ਸੰਧੂਰਦਾਨੀ ਤੇ ਇਹ ਸਰਤਾਲ ਉਹਨਾਂ ਦੀ ਹੈ ਤੇ ਇਹ ਕਿਤਾਬ ਹੈਗੀ ਚਰਖੜੀ ਤੇ ਮੋਰ ਪੰਖ ਤਿੰਨੇ ਕਿਤਾਬਾਂ ਪੜ੍ਹੀਆਂ ਬੜਾ ਚੰਗਾ ਲੱਗਿਆ ਇਹਨਾਂ ਕਿਤਾਬਾਂ ਨੂੰ ਪੜ੍ਹ ਕੇ ਸੋ ਅੱਜ ਸੋਚਿਆ ਕਿ ਅੰਕਲ ਗੁਰਪ੍ਰਜਨ ਗੱਲੋਹਰਾਂ ਦੀਆਂ ਨਤਰਚਨਾਵਾਂ ਤੁਹਾਨੂੰ ਸੁਣਾਈਆਂ ਜਾਣੇ ਰਚਨਾਵਾਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਲੱਗੀਆਂ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਹੈ ਆਪਣੇ ਸੁਝਾਅ ਵਿਚਾਰ ਨੀਚੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਤੇ ਇਸੇ ਤਰ੍ਹਾਂ ਹੱਲਾਸ਼ੇਰੀ ਬਖਸ਼ਦੇ ਰਿਹਾ ਕਰੋ ਕਿਉਂਕਿ ਤੁਹਾਡੀ ਹੱਲਾਸ਼ੇਰੀ ਨਾਲ ਹੀ ਇਹ ਨਹੀਂ ਬੜਾ ਕੁਝ ਚੱਲ ਰਿਹਾ ਹੈ ਸੋਸ਼ਲ ਮੀਡੀਆ ਤੁਸੀਂ ਸੁਣਦੇ ਹੀ ਹੋ ਤੇ ਵਿਊ ਵੀ ਜਸੱਖ ਨਾਲ ਜ਼ਿਆਦਾ ਮਿਲ ਜਾਂਦੇ ਹੋਰ ਵੀ ਕੁਝ ਹੈ ਪਰ ਮੈਂ ਜਿਹੜੀ ਚੀਜ਼ ਨੂੰ ਮਾਨ ਨਾ ਮੰਨੇ ਉਹ ਕਰਨੋਂ ਦਿਲ ਨਹੀਂ ਕਰਦਾ ਤਾਂ ਇਸ ਕਰਕੇ ਇਹੋ ਜਿਹੀਆਂ ਚੀਜ਼ਾਂ ਤੁਹਾਡੇ ਤੱਕ ਪਹੁੰਚਾਉਂਦੇ ਰਹੀਦਾ ਹੈ ਨਹੀਂ ਪਹੁੰਚਾਉਂਦਾ ਤੁਹਾਨੂੰ ਵੀ ਪਤਾ ਸੋਸ਼ਲ ਮੀਡੀਆ ਤੇ ਕੀ ਕੀ ਕੁੱਛ ਚੱਲ ਰਹੀ ਜਾਂਦਾ ਹੈ ਸੋ ਸਾਰਿਆਂ ਦਾ ਧੰਨਵਾਦ ਹੈ ਜੀ ਮੈਨੂੰ ਇੰਸਟਾਗ੍ਰam ਫੇਸਬੁੱਕ ਤੇ ਯੂਟਿਊਬ ਦੇ ਉੱਪਰ ਜ਼ਰੂਰ ਫਾਲੋ ਕਰ ਲਿਓ ਸਬਸਕ੍ਰਾਈਬ ਕਰ ਲਿਓ ਸਾਰੇ ਦੋਸਤਾਂ ਦਾ ਧੰਨਵਾਦ ਹੈ ਜੀ ਸਤਿ ਸ੍ਰੀ ਅਕਾਲ